जानते मामला साहब के हुजूर ने मैंने मार देता मारे गनीमत अर्ज की हुजूर मैं माला वास्ते इस्लाम कबूल नहीं सी हुजूर ने फरमाया ओ नहीं चलिया बंदे वास्ते चंगा माल हुंदा लै लै तू स्वस्थ बनी ए ओ सहाबी है ते पुत्र फरमाया क्यों मैं कह जरा मेरा घोड़ा के निकल गया इने मैंने डंडा मारया तेरे पता नहीं मैं गवर्नर का पुत्र है तू घोड़ा क्यों के ले गया हजरत उमर ने अपना डंडा मुबारक उन पकड़ाया उस गरीब आदमी ने ਨਾਲ ਫਰਮਾਇਆ ਕਿ ਇਹ ਜ਼ਰੇਬ ਇਬਨ ਅਲ ਅਕਰਮੀਨ ਫਰਮਾਇਆ ਇਸ ਮੌਜ਼ੂਦ ਦੇ ਪੁੱਤਰ ਨੂੰ ਮੇਰੇ ਸਾਹਮਣੇ ਜ਼ਰਾ ਕੁੱਟ ਕਿਉਂ ਨਹੀਂ ਲਗਾਇਆ ਕਿ ਤੁਮ ਕਾ ਮੇਰੇ ਸਤ ਸਾਹਿਬਾਦੇ ਉਸ ਵੱਡੇ ਸਾਹਿਬਾਦੇ ਤੋਂ ਮਾਰੇ ਸਾਹਿਬਾਦਾ ਪੁੱਤਰ ਖਿਡਾਵੇ ਫਿਰ ਵੀ ਉਹੀ ਸਾਹਿਬਾਦੇ ਨਾ ਗਵਰਨਰ ਸਾਹਿਬੀ ਰਸੂਲ ਦਾ ਪੁੱਤਰ ਗੈਰ ਨੂੰ ਡੰਡਾ ਮਾਰ ਦੇਵੇ ਤੇ ਹਜ਼ਰਤ ਉਮਰ ਆਪਣੇ ਸਾਹਮਣੇ ਡੰਡੇ ਮਾਰਵਾ ਬਲਮਾਰਿਸ ਨੂੰ ਤੇ ਸਾਹਿਬੀ ਰਸੂਲ ਕੇ ਕੋ ਨਕਮ ਤੁਹਾਨੂੰ ਪਤਾ ਨਹੀਂ ਮੇਰਾ ਸਾਹਿਬਾਦਾ اپنے پتر کیوں نہیں دسیا کلمہ پڑھن تو بعد گورنر کا پتر ہوئے تو غریب ہوئے تو برابر ہوئے اے دین ہے جڑا اسی چھپائی رکھیا چھپاندے ہاں ਕਿਉਂ ਮੌਲੀ ਖਾਦੇ ਤੇ ਦੇਖੋ ਢਿੱਡ ਚੱਲਦਾ ਇੱਕ ਦਾ ਦੀਨ ਹੈ ਅੱਗੇ ਫਿਰ ਦੀਨ ਨਹੀਂ ਨਿਕਲਦਾ ਢਿੱਡ ਮੇਰਾ ਪੂਰਾ ਹੋ ਗਿਆ ਜਿਸ ਮਕਸਦ ਵਾਸਤੇ ਮੈਂ ਦੀਨ ਦਾ ਨਾਮ ਲੈ ਲਿਆ ਦੱਸੋ ਜੀ ਕਿਆਮਤ ਵਾਲੇ ਦਿਨ ਜੇ ਰਸੂਲullah ਬੁਲਾ ਲਿਆ ਸਾਰੇ ਮੌਲੀਆਂ ਪੀਰਾਂ ਮੈਨੂੰ ਬੁਲਾਇਆ ਤੂੰ ਕਹਿੰਦਾ ਸੀ ਉਸਤਾਦ ਨੂੰ ਨਮਾ ਤੂੰ ਆਪਣੇ ਸ਼ਾਗਿਰਦ ਨੂੰ ਮੈਦਾਨ ਵਿੱਚ ਕਿਉਂ ਨਾ ਲਿਆਇਆ 10 lakh ਦੇ ਪੀਰ ਦੇ ਮੁਰੀਦ ਹਨ ਤੇ ਦੱਸੋ ਹਜ਼ੂਰ ਮਸੀਦਾਂ ਦੇ ਸਪੀਕਰ ਉਤਰਦੇ ਰਹੇ ਤੇ ਹਜ਼ੂਰ ਨੇ ਬੁਲਾ ਲਿਆ 10 ਤੇਰੇ 10 lakh ਮੁਰੀਦ ਕਿਹੜੇ ਪਾਸੇ ਸਨ ਪਰੇਸ਼ਾਨੀ ਹੋ ਰਹੀ